ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ ਅਤੇ ਬਾਕੀ ਬਾਈ ਆਇਆ ਵਾ ਸਤਾਲੇ 'ਚ ਅਤੇ ਇੱਧਰ ਉਹ ਦੁੱਧ ਵਾਲਾ ਲੱਗਿਆ ਵਾ ਸਕੈਨਰ ਅਤੇ ਬਾਕੀ ਚਵਾਈ ਦਾ ਕੰਮ ਚੱਲਦਾ ਚਵਾਈ ਸਿੱਖਦਾ ਹਲੇ ਮੈਂ ਬਾਕੀ ਤੁਹਾਨੂੰ ਦਿਖਾਉਂਦੇ ਚਵਾਈ ਦਾ ਕੰਮ ਲਓ ਜੀ ਇੱਧਰ ਵੀਰ ਨੇ ਆਪਾਂ ਨੂੰ ਕੰਮ ਸਿਖਾਉਣਾ ਅਤੇ ਬਾਈ ਹੈਗਾ ਮਾਨਸਾ ਤੋਂ ਬਾਈ ਢੱਡਰੀਆਂ ਤੋਂ ਢੱਡਰੀਆਂ ਪਿੰਡ ਆ ਬਾਬੇ ਵਾਲੇ ਪਿੰਡ ਦਾ ਆਇਆ ਬਾਈ ਇਹ ਆ ਬਾਈ ਢੱਡਰੀਆਂ ਵਾਲੇ ਬਾਬੇ ਵਾਲੇ ਪਿੰਡ ਦਾ ਅਤੇ ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ ਬਾਈ ਸੰਗਰੂਰ ਸੰਗਰੂਰ ਜ਼ਿਲ੍ਹਾ ਪੈ ਜਾਂਦਾ ਹੈ ਨਾ ਠੀਕ ਹੈ ਅਤੇ ਬਾਈ ਨੇ ਮੈਨੂੰ ਤਾਕੇ ਲਾਉਣੇ ਸਿਖਾਏ ਆ ਦੋ ਫਾਰਮ ਆ ਬਾਈ ਪਰਲੇ ਫਾਰਮ 'ਚ ਤਾਂ ਮੈਂ ਜਾ ਕੇ ਤਾਕੇ ਲਾਏ ਦੋ ਚਾਰ ਬਸ ਠੀਕ ਹੈ ਇਹ ਬਾਈ ਉਸਤਾਦ ਆ ਉਸਤਾਦ ਧਾਰ ਲਿਆ ਹੁਣ ਆਪਾਂ ਨੇ ਬਾਕੀ ਉਹ ਦੇਖੋ ਬਾਈ ਦੁੱਧ ਚੱਲਦਾ ਤੇ ਇੱਥੇ ਆ ਸਤਾਲਾ ਛੋਟਾ ਹੈ ਬਾਈ ਉਰੇ 20-25 ਕੁ ਗਏ ਤੇ ਪਹਾੜੀ ਏਰੀਆ ਇਹ ਕਰਕੇ ਉੱਪਰ ਦੂਆ ਹੈ ਉਹ ਬੜਾ ਹੈ ਬਾਈ ਕਹਿੰਦਾ ਬੁਲਾ ਲਿਆ ਜਦ ਤੱਕ ਹਲੇ ਸਿੱਖਦਾ ਕੰਮ ਇਹ ਬਾਈ ਸੈਂਟਰ ਚ ਲਾਉਣਾ ਦੋਨੇ ਗਾਇਆ ਚ ਹੋ ਜਾਂਦੀਆਂ ਤੇ ਫੇਰ ਕਹਾਂ ਦੋ ਗਾਇਆ ਦਾ ਕੈਮਨ ਜਾ ਆਉਂਦਾ ਸੈਂਟਰ ਚ ਲਾਉਣਾ ਇਹ 92 ਗਾਇਆ ਬਾਈ ਉਹ ਸੰਗਲ ਜੇ ਤੁਸੀਂ ਲੱਗੇ ਹੋਏ ਦੇਖੇ ਹੁਣ ਇਹ 92 ਹੈ ਨਹੀਂ ਖੁੱਲੀਆਂ ਗਾਇਆ ਹੁੰਦੀਆਂ ਉਹਨਾਂ ਨੂੰ ਗੋਲ ਤਾਕੇ ਚ ਉਹਦੇ ਚ ਬਾੜਦੇ ਆ ਉਹਨਾਂ ਨੂੰ ਕਿਆ ਕਹਿੰਦੇ ਆ ਮੁੰਜ ਚ ਮੁੰਜ ਅਟਾਲੀਅਨ ਜੀ ਇਹਨੂੰ ਕਿਆ ਕਹਿੰਦੇ ਚੋਣੇ ਵਾਲੀ ਨੂੰ ਇਹਨੂੰ ਮੁੰਜੇ ਕਹਿੰਦੇ ਆ ਤੇ ਬਾਕੀ ਲੱਗੇ ਹੋਏ ਚਵਾਈ ਕਰਨ ਤੇ ਉੱਧਰ ਆ ਬਾਈ ਕਾਲਾ ਮੁੰਡਾ ਤੇ ਕੋਬਰਾ ਕਹਿੰਦਾ ਉਹ ਤੇ ਬਾਕੀ ਉਹਦਾ ਸਫਾਈ ਦਾ ਕੰਮ ਲੱਗਿਆ ਉਹ ਵੀ ਹੁਣ ਆ ਕੇ ਉੱਪਰਲੇ ਸਾਲੇ ਚ ਤੇ ਉਹਨੇ ਥਣ ਥੁਣ ਸਾਫ਼ ਕਰਨੇ ਆ ਸਾਰੇ ਕਾਰ ਤੇ ਉਹਨੇ ਸਿੱਟੇ ਦੇ ਥਣ ਸਾਫ਼ ਕਰਨੇ ਤੇ ਉਹ ਤੋਂ ਬਾਅਦ ਸਫਾਈ ਕਰਦਾ ਬਾਕੀ ਤੁਹਾਨੂੰ ਦੁੱਧ ਦਾ ਦਿਖਾਈਏ ਆਹ ਪੈਪਾਂ ਰਾਹੀਂ ਬਾਈ ਦੁੱਧ ਆਉਂਦਾ ਹਰੇਕ ਦਾ ਨਾ ਤੇ ਆਹ ਉਹ ਜਮੈਂਟ ਇੱਥੇ ਚਿੱਟਾ ਪੈਪ ਤੇ ਪੈਪਾਂ ਰਾਹੀਂ ਦੁੱਧ ਇੱਥੇ ਆਉਂਦਾ ਅੰਦਰ ਤੇ ਇਸ ਤੋਂ ਬਾਅਦ ਫਿਲਟਰ ਲੱਗਦਾ ਇਹਨੂੰ ਇੱਥੋਂ ਅੰਦਰ ਆਉਂਦਾ ਦੁੱਧ ਫਿਲਟਰ ਕਾਹਦੇ 'ਚ ਲੱਗਦਾ ਇਹਨੂੰ ਅੱਛਾ ਫਰਿੱਜ ਆ ਉਧਰ ਬਾਈ ਬੜਾ ਸਟਾਲਾ ਹੈ ਉੱਥੇ ਹਲੇ ਵੀਡੀਓ ਤਾਂ ਨੀ ਬਣਾਈ ਉੱਥੇ ਮਾਲਕ ਕੋਲ ਹੁੰਦਾ ਉਹਨੇ ਕਹਿਣਾ ਪਹਿਲੇ ਦਿਨ ਹੋਰ ਚੱਕ ਘੁੰਮਣ ਲੱਗ ਗਿਆ ਪਹਿਲੇ ਦਿਨ ਹੋਰ ਚੱਕ ਲਿਆ ਬਾਈ ਕਹਿੰਦਾ ਉਰੇ ਨੀ ਬਲੌਗ ਬਣਾਉਣਾ ਆਪਾਂ ਹੇਠਾਂ ਵਾਲੇ ਮੈਂ ਚੱਲਣਾ ਆਉਣਾ ਉੱਥੇ ਬਣਾ ਲਾਂਗੇ ਇੱਕ ਦੋ ਦਿਨ ਅਜੇ ਠੰਡਾ ਰਿਹਾ ਬਾਈ ਦੇ ਏਰੀਏ ਦੇ ਵੀ ਬਹੁਤ ਕਮੈਂਟ ਕਰਦੇ ਆ ਮੈਂ ਤੁਹਾਨੂੰ ਦਿਖਾਏ ਨੀ ਦੇ ਕਮੈਂਟ ਹਾਂ ਬਠਿੰਡੇ ਏਰੀਏ ਦੇ ਤੇ ਬਾਈ ਦਾ ਪਿੰਡ ਹੈਗਾ ਬਾਈ ਢੰਡਰੀਆਂ ਵਾਲਾ ਬਾਬੇ ਵਾਲੇ ਪਿੰਡ ਹੈ ਬਾਈ ਦਾ ਬਾਕੀ ਦਿਖਾਉਂਦੇ ਤੁਹਾਨੂੰ ਹੋਰ ਕੱਲ ਲਓ ਜੀ ਬਾਈ ਉਰੇ ਗੋਹੇ ਵਾਲਾ ਪ੍ਰੋਜੈਕਟ ਲੱਗਾ ਹਰੇਕ ਸਤਾਲੇ ਦਾ ਆਪਣਾ ਆਪਣਾ ਇਹਦੇ ਆ ਚੈਨ ਦੀ ਕੜੀ ਜੀ ਚੜੀ ਜਾਂਦੀ ਉੱਧਰ ਤੇ ਉੱਧਰ ਖਿੱਚੀ ਜਾਂਦਾ ਗੋਹਾ ਸਾਰਾ ਲਓ ਜੀ ਚੱਲ ਪਈਆਂ ਚੈਨ ਉਹ ਜਾਂਦਾ ਸਾਰਾ ਸਮਾਨ ਜਿਹੜਾ ਵਿੱਚ ਆ ਇਹਨਾਂ ਨੇ ਫੋੜੇ ਨੂੰ ਕਰ ਦੇਣਾ ਵਿੱਚ ਨੂੰ ਧੱਕ ਦੇਣਾ ਆਹ ਚੱਲਦੀ ਆ ਚੈਨ ਰੰਡੇ ਮਿਲ ਵਾਲੀ ਮਿਲ ਮੰਗੂ ਚੈਨ ਆ ਬਾਈ ਗੋਹੇ ਦੀ ਇੱਧਰ ਦਿਖਾਉਂਦਾ ਤੁਹਾਨੂੰ ਇਹ ਜਾਂਦੀ ਆ ਇਹ ਆਉਂਦੀ ਆ ਆ ਗਿਆ ਚੜ੍ਹਦਾ ਤੇ ਉਹ ਢੇਰ ਆ ਹੇਠਾਂ ਸੋਆ ਢੇਰ ਵਾਲਾ ਆ ਗਿਆ ਬਾਈ ਬੰਦ ਕਰਤੀ ਜਣੀ ਆ ਗਿਆ ਹੁਣ ਇਹਨੇ ਇੱਥੇ ਤੇ ਜੀ ਬਾਈ ਬੱਚਿਆਂ ਨੂੰ ਲੱਗੇ ਹੋਏ ਦੁੱਧ ਪਿਲਾਉਣ ਕਿੰਨੇ ਚਿਰ ਦੀਆਂ ਬਾਈ ਇਹ ਨਿੱਪਲ ਜੇ ਟੈਪ ਲਾਇਆ ਬਾਬਾ ਜੀ ਨੂੰ
ਪਲਦੀਆਂ ਜਿੱਥੇ ਫੀਡ ਪੈਣੀ ਹੈ ਦੁੱਧ ਪਿਆਤਾ ਹੁਣ ਉਹ ਕਿੰਨੇ ਕਿੰਨੇ ਚਿਰ ਦੀਆਂ ਪਾਣੀ ਆਟੋ ਆਈ ਜਾਂਦਾ ਡੱਬੇ ਜਦੋਂ ਉਹਨਾਂ ਵਿੱਚ ਮੂੰਹ ਪਾਉਣਾ ਤੇ ਪਾਣੀ ਆਪਣੇ ਆਪ ਆ ਜਾਣਾ ਗੀ ਇਹਨਾਂ ਨੂੰ ਸੁੱਕਾ ਦੁੱਧ ਪਿਲਾਉਂਦੇ ਆ ਇਹ ਸੁੱਕਾ ਦੁੱਧ ਕਹਿੰਦੇ ਕਿਉਂਕਿ ਫਿਰ ਇਹ ਦੁੱਧ ਦੀ ਬਣਦੀ ਫਰਮਾਜੋ ਅੱਛਾ ਫਿਰ ਫਰਮਾਜੋ ਵਾਹਵਾ ਕਾਫੀ ਰੇਟ ਪੈਂਦਾ ਦੁੱਧ ਇਹਨਾਂ ਨੂੰ ਤਾਂ ਕਰਕੇ ਸੁੱਕਾ ਦੁੱਧ ਹੀ ਪੈਂਦੇ ਹੁਣ ਸੁੱਕਾ ਦੁੱਧ ਪਈ ਜਾਂਦਾ ਬਸ ਇਹਨਾਂ ਨੂੰ ਸੁੱਕਾ ਦੁੱਧ ਹੀ ਪਿਲਾਉਣਾ ਘੋਲ ਕੇ ਥੋੜਾ ਜਿਹਾ ਕੋਸਾ ਪਾਣੀ ਥੋੜਾ ਜਿਹਾ ਜਾਣੀ ਠੀਕ ਜਿਹਾ ਟੈਂਪਰੇਚਰ ਰੱਖਦੇ ਆ ਕੋਸਾ ਜਿਹਾ ਜ਼ਿਆਦਾ ਨਹੀਂ ਹੈ ਰੱਖਦੇ ਮੁੜ ਕੇ ਪੀਂਦੀਆਂ ਨਹੀਂ ਹਾਂ ਕੋਸਾ ਜਿਹਾ ਹੀ ਰੱਖਦੇ ਹੁਣ ਜਦੋਂ ਗਾਂ ਸੂਪੀ ਅੱਜ ਸੂਪੀ ਜਿਵੇਂ ਸਿਰਫ 4 ਦਿਨ ਉਹਨੂੰ ਮਾਂ ਦੁੱਧ ਪਿਆਣਾ ਅੱਛਾ ਉਸ ਤੋਂ 4 ਦਿਨਾਂ ਬਾਅਦ ਦੁੱਧ ਡੋਲਣਾ 4 ਦਿਨ ਦੁੱਧ ਦਾ ਡੋਲਣਾ ਗਾਂ ਦਾ ਤੇ ਇਹ ਵੱਛੀ ਨੂੰ ਪਿਆ ਕੇ ਬਾਕੀ ਡੋਲ ਦੇਣਾ ਬਾਕੀ ਡੋਲ ਦਿੰਦੇ ਆ ਬਾਕੀ ਡੋਲ ਦੇਣਾ 4 ਦਿਨਾਂ ਬਾਅਦ ਜਦੋਂ ਦੁੱਧ ਜਮਾ ਚਿੱਟਾ ਆਉਣ ਲੱਗ ਗਿਆ ਉਹ ਗਾਂ ਦਾ ਦੁੱਧ ਫ੍ਰਿਜ ਚ ਆਉਣ ਲੱਗ ਜਾਣਾ ਤੇ ਵੱਛੀ ਨੂੰ ਦੁੱਧ ਸੁੱਕਾ ਪੈਣ ਲੱਗ ਜਾਣਾ ਵੱਛੀ ਨੂੰ ਸੁੱਕੇ ਦੁੱਧ ਤੇ ਕਰ ਦੇਣਾ ਲੱਗਣ ਹੁਣ ਇਹਨਾਂ ਨੇ ਪੀ ਲਿਆ ਹੁਣ ਅਗਲੇ ਵਿੱਚ ਨਹੀਂ ਕਰਦੇ ਲੋ ਜੀ ਆਪਣੇ ਤਾਂ ਬਾਈ ਜਿੰਨਾ ਕੁ ਦੁੱਧ ਹੁੰਦਾ ਉਨਾ ਕੁ ਤਾਂ ਡੋਲ ਦਿੰਦੇ ਆ ਤਾਜ਼ੀ ਸੂਈ ਵੀ ਬਾਕੀ ਡੋਲ ਦੇਣਾ 35-40 ਲੀਟਰ ਦੁੱਧ ਡੁੱਲ ਜਾਂਦਾ ਜਿੰਨਾ ਕੁ ਬਾਈ ਆਪਾਂ ਡੈਰੀ ਮਾਂ ਪਾਉਂਦੇ ਆ ਇੰਨਾ ਦੁੱਗਣਾ ਡੋਲ ਦਿੰਦੇ ਆ ਤਾਜ਼ੀਆਂ ਸੂਈਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਬਾਈ ਆਪਾਂ ਗਏ ਕੰਮ ਸਿੱਖਣ ਹਫ਼ਤੇ ਵਾਸਤੇ ਅਤੇ ਉੱਥੇ ਲੱਗੇ 2 ਦਿਨ ਅਤੇ ਉੱਥੇ ਬੰਦਾ ਆ ਗਿਆ ਬਈ ਜਿਹੜਾ ਛੁੱਟੀ ਭਰਦਾ ਵੀ 2 ਕੁ ਦਿਨ ਲੱਗੇ ਬਾਕੀ ਹਫ਼ਤੇ ਵਾਸਤੇ ਗਿਆ ਤਾ ਹਫ਼ਤੇ ਵਾਸਤੇ ਗਿਆ ਤਾ ਉਹ ਬੰਦਾ ਪਹਿਲਾਂ ਆ ਗਿਆ ਵੀ ਫਿਰ 2 ਦਿਨ ਲਾ ਕੇ ਵਾਪਸੀ ਕਰਤੀ ਵਾਪਸੀ ਹੋ ਗਈ ਇਹਦੇ 2 ਦਿਨ ਲਾ ਕੇ ਤੇ ਬਾਕੀ ਇਹਦੇ ਚ ਬਾਈ ਵੀਡੀਓ ਬਣਾਈ ਵੀ ਉੱਥੇ ਸਤਾਲੇ ਦੀ ਤੇ 92 ਗਿਆ ਦੀਆਂ ਚਵਾਈ 92 ਦੀ ਮੈਂ ਸੌਖੀ ਖੁੱਲੀ ਉਹ ਬਾਈ ਵੀ ਮੈਨੂੰ ਕਹੀ ਗਿਆ ਕਹਿੰਦਾ ਖੁੱਲੀਆਂ ਦੀ ਸੌਖੀ ਆ ਮੈਂ ਕਿਹਾ ਨਹੀਂ ਦੂਈਆਂ ਇਕੱਠੀਆਂ ਕਰਨੀਆਂ ਤੇ ਮਸ਼ੀਨਾਂ ਲਾਉਣੀਆਂ ਉਹਨੇ ਫਿਰ ਦੱਸਿਆ ਉਹਨੇ ਮੈਨੂੰ ਦੱਸਿਆ ਕਹਿੰਦਾ ਖੜੀਆਂ ਤੇ ਕਹਿੰਦਾ ਉਹਦੇ ਚ ਖੜਕੇ ਬੰਦੇ ਨੇ ਲਾਉਣੀਆਂ ਮਸ਼ੀਨਾਂ ਇਹਦੇ ਚ ਪੈਰਾਂ ਪੈਰ ਬਹਿ ਕੇ ਮਸ਼ੀਨ ਲਾਉਣੀ ਕੱਲੀ ਕੱਲੀ ਦੇ ਉਹਦੇ ਚ ਆਇਆ ਖੜੇ ਖੜੇ ਹੀ ਬੰਦਾ ਉਹਦੇ ਵਾਲਾ ਘੁੰਮ ਜਾਂਦਾ ਥਣ ਸਾਫ਼ ਕਰਨੇ ਵਾਲਾ ਉੱਥੇ ਤਾਂ ਜਿਹੜਾ ਉਹ ਤਾਂ ਕਾਲਾ ਇਹਨੂੰ ਗਾਨਾ ਉਹ ਗਾਂਦਾ ਕਹੀ ਗਿਆ ਗਾਂਦੇ ਹੀ ਕਹਿੰਦੇ ਆ ਫਿਰ ਉਹਨੇ ਬਾਈ ਨੇ ਕਿਹਾ ਕਹਿੰਦਾ ਇਹਨੂੰ ਸਮਝ ਲੱਗ ਜਾਣਾ ਵੀ ਗਾਨਾ ਕਹਿੰਦਾ ਇਹਨਾਂ ਨੂੰ ਪਤਾ ਕਹਿੰਦਾ ਕਾਲਾ ਕਹੀ ਗਿਆ ਇਹ ਵੀ ਪਤਾ ਲੱਗਾ ਮੈਂ ਕਹੀ ਗਿਆ ਮੈਂ ਗਾਨਾ ਦੇ ਲਿਆ ਹੌਲੀ ਹੌਲੀ ਕਰਦਾ ਵੀ ਐਂ ਤਾਂ ਇਹਨੇ ਹੋਰ ਘੰਟਾ ਲਾ ਦੇਣਾ ਸ਼ਾਮ ਨੂੰ ਦੂਏ ਦਿਨ ਸਵੇਰੇ ਤਾਂ ਫਿਰ ਮੈਂ ਲਾਈਆਂ 15-20 ਗਿਆ ਦੇ ਮਸ਼ੀਨਾਂ ਫਿਰ ਤਾਂ ਲੱਗ ਜਾਂਦਾ ਖੁੱਲ ਜਾਂਦਾ ਤੇ ਮਸ਼ੀਨ ਦੀ ਚਵਾਈ ਉਹਦੇ ਨਾਲ ਕਰੀ ਉਹਨਾਂ ਦੇ ਤਾਂ ਗੱਬੇ ਪੁਆਇੰਟ ਤਾਂ ਸਾਈਡਾਂ ਤੋਂ 2 ਗਿਆ ਖੜੀਆਂ ਇੱਕ ਦੇ ਪੱਟ ਕੇ ਇੱਕ ਦੇ ਪੱਟ ਕੇ ਦੂਜੀ ਦੇ ਪ੍ਰੈਸ਼ਰ ਬੰਦ ਕਰਕੇ ਜਿਹਦੇ ਖੋਲ ਕੇ ਦੂਜੀ ਦੇ ਘੁੰਡੀ ਹਾਂ ਬਹੁਤ ਬਟਨ ਜਾਈਦਾ ਹੈ ਤਾਂ ਲੋਟ ਤਾਂ ਚਲੋ ਬਾਕੀ ਹੋਰ ਦੇਖਦੇ ਕਿਤੇ ਕੰਮ ਕਾਰ ਹੋਇਆ ਕੰਮ ਕਾਰ ਤਾਂ ਨਿਕਲੀ ਜਾਂਦੇ ਬਈ ਕੰਡੈਕਟ ਕਰਦੇ ਮਾਲਕ ਉਰੇ ਜ਼ਿਆਦਾਤਰ ਆਪਣਾ ਕੰਡੈਕਟ ਪੇਪਰਾਂ ਵਾਲੇ ਬੰਦੇ ਨਾਲ ਹੈਨਾ ਤੇ ਬਿਨਾਂ ਕੰਡੈਕਟ ਤੇ ਕੰਮ ਘੱਟ ਆ
ਕਈ ਕਈਆਂ ਚ ਹੈਗਾ ਜਿਹੜਾ ਬੰਦਾ ਬੁਲਾਉਂਦਾ ਮਾਲਕ ਵਧੀਆ ਹੋਈ ਜਾਂਦਾ ਹੁਣ ਯਾਰ ਜਿਹੜੇ ਸਟੇਸ਼ਨਾਂ ਪਰ ਪਏ ਕੋਈ ਉਹ ਹੀ ਛੱਤੇ ਮਿਲ ਜਾਵੇ ਉਹ ਇਹੋ ਜਿਹੇ ਬਹੁਤ ਆ ਇਹਦੇ ਨਾਲ ਬਾਈ ਆਪਣਾ ਜਿਹੜੇ ਬੰਦੇ ਨੇ ਆਉਣਾ ਕੰਮ ਵਾਲੀ ਗੱਲ ਬਕਾਇਦਾ ਪੇਪਰ ਵਾਲੀ ਗੱਲ ਕਰਕੇ ਆਵੇ ਯਾਰ ਬੰਦਾ ਜ਼ਿਆਦਾ ਵਧੀਆ ਇੰਟਰਵਿਊ ਕਰਕੇ ਆ ਜਾਂਦੇ ਆ ਕਈ ਉਹ ਹੈਗਾ ਅਲੱਗ ਵੀ ਕੋਈ ਪੁਰਤਗਾਲ ਨੂੰ ਲੰਘ ਗਿਆ ਕੋਈ ਉਰੇ ਤੇ ਹੋਰ ਗੇਮਾਂ ਤਾਂ ਬਥੇਰੀਆਂ ਚੱਲਦੀਆਂ ਯਾਰ ਟਿਕ ਤੇ ਇੱਕ ਬੈਠੇ ਆ ਠੀਕ ਨੀ ਉਰੇ ਤੇ ਕੈਨੇਡਾ ਅਮਰੀਕਾ ਨੂੰ ਵੀ ਜਾ ਰਹੇ ਆ ਫੇਰ ਉਹਨਾਂ ਦਾ ਬੁੱਕ ਜਾਂਦਾ ਜਿੱਥੇ ਮਰਜ਼ੀ ਬੈਠਣਾ ਹਫ਼ਤਾ ਦਸ ਦਿਨ ਕੱਢਣਾ ਪਰ ਜਿਹੜਾ ਇਟਲੀ ਬਸ ਤੇ ਹੀ ਆਇਆ ਉਹ ਬੰਦਾ ਆਪਣੇ ਕੰਮ ਕਾਰ ਦੀ ਗੱਲ ਕਰਕੇ ਹੀ ਆਵੇ ਤਾਂ ਜ਼ਿਆਦਾ ਵਧੀਆ ਯਾਰ ਹਨਾ ਕਹਿਣੀ ਕਰਨੀ ਸੁਣਨੀ ਦਾ ਬਹੁਤ ਫਰਕ ਹੁੰਦਾ ਜਨਾਬ ਦੇ ਪੱਥਰ ਨੂੰ ਚੱਟ ਕੇ ਮੁੜਦੀ ਆ ਉਹ ਕੰਮ ਹੁੰਦਾ ਪਤਾ ਲੱਗਦਾ ਸਮਝ ਲੱਗਦੀ ਬਾਕੀ ਕੰਮ ਨਾਲੇ ਆ ਬਈ ਜੇ ਕੰਮ ਹੈਗਾ ਵਧੀਆ ਸਾਰਾ ਕੁਝ ਵਿਹਲੇ ਬੰਦੇ ਨੂੰ ਔਖਾ ਲੱਗਦਾ ਬੈਠਣਾ ਜਾਂ ਬੰਦੇ ਨੇ ਕੱਲਾ ਬੈਠਾ ਰਹਿਣਾ ਫਿਰ ਨੀ ਬਾਲ ਕਹਿੰਦਾ ਹੁਣ ਦੁਬਾਰਾ ਰੱਖਣੇ ਆ ਕੰਮ ਜਾ ਸੈਟ ਆ ਜਾਵੇ ਪੇਪਰ ਉਪਰ ਹਲੇ ਬਣ ਰਹੇ ਬਣ ਜਾਣਾ ਹੁਣ ਉਹਦੇ ਪੇਪਰ ਬਾਕੀ ਹੁਣ ਇੱਥੇ ਬਾਅਦ ਚ ਪਤਾ ਲੱਗਦਾ ਇੱਥੇ ਕੋਈ ਵੀ ਫੈਸਲਾ ਹੁੰਦਾ ਨਾ ਬਾਅਦ ਚ ਪਤਾ ਲੱਗਦਾ ਵੀ ਹਾਂ ਇੰਡੀਆ ਪਹਿਲਾਂ ਪਤਾ ਲੱਗ ਜਾਂਦਾ ਇੰਡੀਆ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਹਾਂ ਵੀ ਪੇਪਰ ਖੁੱਲ ਗਏ ਹੁਣ ਬਹੁਤ ਫੋਨ ਆਉਂਦੇ ਆ ਮਾਮਾ ਵੀ ਮਾਮਾ ਕਹਿੰਦਾ ਮੈਨੂੰ ਪੰਜ ਸੱਤ ਫੋਨ ਹਾਲੇ ਕਹਿੰਦਾ ਹਾਲੇ ਉਰੇ ਪਤਾ ਨੀ ਪੇਪਰ ਖੁੱਲਣੇ ਦਾ ਕਹਿੰਦਾ ਇੰਡੀਆ ਦੇ ਫੋਨ ਪੰਜ ਸੱਤ ਹਾਲੇ ਵੀ ਪੇਪਰ ਖੁੱਲ ਗਏ ਪੇਪਰ ਖੁੱਲ ਗਏ ਮੇਰਾ 9 ਮਹੀਨੇ ਦਾ ਵੀਜ਼ਾ ਪਿਆ ਉਹਦਾ ਲੱਗਿਆ ਪਿਆ ਚਾਹੀਦਾ ਹੈ ਕਿ ਵਿੱਚ ਹੋ ਜਾਂਦਾ ਬੰਦਾ ਵੀਜ਼ਾ 9 ਮਹੀਨਿਆਂ ਦੇ ਵਿੱਚ ਕਦੇ ਗੱਲ ਕਰੀ ਹੋਈ ਆ ਉਹੀ ਬੰਦਾ ਗਾਂ ਕਰ ਦਿੰਦਾ ਇਹ ਬੰਦਾ ਅੱਛਾ ਹੁਣ ਪੱਕੇ ਪੇਪਰ ਮਿਲ ਜਾਂਦੇ ਆ ਮੈਨੂੰ ਬਾਈ ਦਾ ਫੋਨ ਆਇਆ ਤਾ ਕਹਿੰਦਾ ਵੀ ਆਏ ਨੀ ਮੈਨੂੰ ਪਤਾ ਵੀ ਵੀਜ਼ਾ ਖਤਮ ਹੋਣਾ ਚਾਹੀਦਾ ਹੈ ਜਾਂ ਪਿਆ ਹੋਵੇ 9 ਮਹੀਨਿਆਂ ਹਾਂ ਜਿਹਦੇ ਪੇਪਰ ਭਰਨੇ ਆ ਜਿਹਦੇ ਪੱਕੇ ਪੇਪਰ ਪੱਕੇ ਹੋ ਰਹੇ ਬੰਦੇ ਜ਼ਿਆਦਾਤਰ ਤਾਂ ਪ੍ਰੋਸੀਜਰ ਹੁੰਦਾ ਏ 9 ਮਹੀਨੇ ਦੇ ਪਏ ਹੁੰਦੇ ਆ ਉਹਦੇ ਪਹਿਲਾਂ ਜ਼ਿਆਦਾ ਸੀ ਆਏ ਤੇ ਜਦ ਤਾਂ ਉਹ ਤਾਂ 9 ਮਹੀਨੇ ਦਾ ਵੀਜ਼ਾ ਮੇਰੇ ਸੰਜੋਰ ਨੂੰ ਮਿਲ ਜਾਂਦੀ ਸੀ ਸੰਜੋਰ ਨੂੰ ਖਤਮ ਹੋਣੇ ਤੇ ਪਹਿਲਾਂ ਕਾਂਗਰਸ ਹੋਣਾ ਤਾਂ ਮੰਦਾ ਕਰਨਾ ਹੁੰਦਾ ਉਹ ਫਿਰ ਕਾਂਗਰਸ ਕਮਰੇ ਸੰਜੋਰ ਨੂੰ ਮਿਲ ਜਾਂਦੇ ਜਣੀ ਬਈ ਜਿਹੜੇ ਪੱਕੇ ਗਾਹਾਂ ਪੱਕੇ ਹੋਣੇ ਵਾਲੇ ਉਹਨਾਂ ਦੇ ਵਿੱਚ ਇਹਦਾ ਕੋਈ ਚੱਕਰ ਨਹੀਂ ਵਾ ਮਾਲਕ ਨੇ ਪੇਪਰ ਲਾਏ ਵੇ ਹੋਣ ਚਾਹੇ ਆਪਣੇ ਕੋਈ ਬੰਦੇ ਹੋਰ ਨੇ ਪੰਜਾਬ ਇੰਡੀਅਨ ਕਿਸੇ ਨੇ ਗੱਲਬਾਤ ਕਰੀ ਹੁੰਦੀ ਉਹਨੇ ਪੇਪਰ ਲਾਏ ਹੋਏ ਹੁਣ ਪੇਪਰ ਲੱਗੇ ਹੋਏ ਹੋਣੇ ਚਾਹੀਦੇ ਪੱਕੇ ਹੋਣੇ ਵਾਸਤੇ
ਬੀਜਾ ਟੱਪਿਆ ਵਾ ਹੋਵੇ ਤਾਂ ਵੀ ਕੋਈ ਚੱਕਰ ਨੀ, ਚਾਹੇ ਬੀਜੇ ਦੇ ਅੰਦਰ ਆਪਾਂ ਤਾਂ ਵੀ ਕੋਈ ਚੱਕਰ ਨੀ, ਜਾਣੀ ਪੇਪਰ ਵਰਕ ਜਿਹਾ ਚੱਲਦਾ ਹੋਣਾ ਚਾਹੀਦਾ ਬੰਦੇ ਦਾ ਤਾਂ ਬਣਦੀ ਆ ਗੱਲ ਪੱਕੇ ਪੇਪਰ ਹੋਣੇ ਵਾਲੇ। ਬਾਕੀ ਚਲੋ ਠੀਕ ਆ ਜੀ, ਮਿਲਦੇ ਆ ਕਿਸੇ ਅਗਲੇ ਬਲੌਗ ਚ। ਸਤਿ ਸ਼੍ਰੀ ਅਕਾਲ।